ਗਰਮੀ ਦੀ ਗੱਲ ਤੇ ਤੋਬਾ ਕਰੋ, ਬਹੁਤ ਜ਼ਿਆਦਾ ਗਰਮੀ ਆ ਤੇ ਇੱਧਰ ਤੇ ਚੱਲ ਰਿਹਾ ਵਾ ਏਸੀ ਤੇ। ਗਾਇਸ ਮੈਂ ਦਰਵਾਜ਼ਾ ਖੋਲਤਾ ਵਾ ਤੇ ਦੇਖੋ ਸਾਹਮਣੇ ਮੈਂ ਸਮਾਨ ਰੱਖ ਲਿਆ ਵਾ। ਮੈਂ ਕਿਹਾ ਜੋ ਕੁਛ ਮਰਜ਼ੀ ਹੋ ਜੇ ਦਰਵਾਜ਼ੇ ਸਾਹਮਣੇ ਬਹਿ ਕੇ ਵਲੋਗ ਹੀ ਬਣਾਉਂਦੇ ਹਾਂ ਅਤੇ ਮੈਂ ਨਾ ਚਲੋ ਸਬਜ਼ੀ ਬਣਾ ਲੈਂਦੀ ਹਾਂ, ਠੀਕ ਹੋ ਕੀ ਬਣਾਉਣਾ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਗਰਮੀ ਤਾਂ ਬਹੁਤ ਜ਼ਿਆਦਾ ਸੀ, ਅੰਦਰ ਮੈਂ ਬਣਾ ਨਹੀਂ ਸਕਦੀ ਸੀ ਕਿਉਂਕਿ ਅੰਦਰ ਪਿਆਜ਼ਾਂ ਦੀ ਜਿਹੀ ਖੁਸ਼ਬੂ ਆ ਨਾ ਉਹ ਫੈਲ ਜਾਣੀ ਸੀ ਕਿਉਂਕਿ ਏਸੀ ਬਹੁਤ ਜਲਦ ਖਿੱਚ ਲੈਂਦਾ, ਪਤਾ ਨਹੀਂ ਲੈ ਚੱਲਣ ਦਿੰਦਾ। ਅਤੇ ਚਲੋ ਹੁਣ ਆਪਾਂ ਆਪਣਾ ਕੰਮ ਕਰਦੇ ਹਾਂ। ਹਾਂਜੀ ਗਾਇਸ, ਕਿਹੜੀ ਰੈਸਿਪੀ ਬਣਾਉਣ ਲੱਗੇ ਐਵੇਂ ਤੁਹਾਨੂੰ ਦੱਸਦੇ ਹਾਂ। ਦੇਖੋ ਗਾਇਸ, ਲਸਣ ਆਪਾਂ ਇਹਨਾਂ ਛਿਲ ਕੇ ਭਿੱਗੋ ਕੇ ਰੱਖਾ ਪਿਆ ਵਾ, ਪਿਆਜ਼ ਛਿੱਲੇ ਪਿਆ, ਹੁਣ ਆਪਾਂ ਬਸ ਪਿਆਜ਼ਾਂ ਨੂੰ ਕੱਟਣਾ ਹੋਇਆ। ਅਤੇ ਤੁਹਾਡੀ ਭੈਣ ਆਈ ਹੈ ਫਰੈਸ਼ ਰਸ਼ ਹੋਈ, ਮੈਂ ਕਿਹਾ ਚਲੋ ਥੋੜ੍ਹਾ ਜਿਹਾ ਦਿਮਾਗ ਨੂੰ ਫਰੈਸ਼ ਕਰੀਏ ਅਤੇ ਆਪਦੇ ਭੈਣ ਭਾਈਆਂ ਅੱਗੇ ਰਿਕੁਐਸਟ ਕਰੀਏ ਕਿ ਤੁਸੀਂ ਵੀ ਹੁਣ ਥੋੜ੍ਹਾ ਜਿਹਾ ਨਾ ਕੁਛ ਕਰ ਦਿਓ, ਮੈਨੂੰ ਸਪੋਰਟ ਵਗੈਰਾ ਕਰ ਦਿਓ, ਬੜੀ ਮਿਹਰਬਾਨੀ ਹੋਏਗੀ। ਇੱਕ ਸਬਸਕ੍ਰਾਈਬ ਕਰ ਦੋਗੇ, ਅਗਰ ਤੁਹਾਡਾ ਅੰਗੂਠਾ ਦਰਦ ਕਰਦਾ ਨਾ ਦੱਸੋ ਕਿੰਨੇ ਪੈਸੇ ਲੱਗਣਗੇ, ਮੈਂ ਤੁਹਾਨੂੰ ਦੇ ਦਾਂਗੀ, ਬਸ ਮੈਨੂੰ ਸਬਸਕ੍ਰਾਈਬ ਕਰ ਦਿਓ। ਹਾਂਜੀ ਗਾਇਸ, ਚਲੋ ਜੀ ਹੁਣ ਆ ਗਿਆ ਆਪਾਂ ਚੁੱਲ੍ਹੇ ਤੇ, ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਗੈਸ ਚਲਾਉਂਦੇ ਹਾਂ ਅਤੇ ਹੁਣ ਆਪਾਂ ਘੀ ਐਡ ਕਰਦੇ ਹਾਂ। ਦੇਖ ਲਓ ਬੇਟਾ, ਕਾਫੀ ਹੈ, ਥੋੜਾ ਜਿਹਾ ਹੋਰ ਹੈ। ਨਹੀਂ ਦੇਰ ਹੋ ਗਈ, ਤੈਨੂੰ ਸਾਲਾਂ ਬਣਾਉਂਦੀ ਨਹੀਂ ਸਮਝ ਨਹੀਂ ਆਈ? ਨਹੀਂ ਮੰਮਾ ਜੀ, ਤੁਹਾਡੀ ਬਾਤ ਕਨਫਿਊਜ਼ ਹੋ ਜਾਏਗਾ ਵਾ। ਹਾਂਜੀ ਗਾਇਸ, ਗਰਮ ਹੋ ਜਾਂਦਾ ਵਾ ਤੇ ਫਿਰ ਆਪਾਂ ਵਿੱਚ ਪਿਆਜ਼ ਐਡ ਕਰਦੇ ਹਾਂ। ਹਾਂਜੀ ਗਾਇਸ, ਅੱਜ ਆਪਣਾ ਜਿਹੜਾ ਸਾਲਾਂ ਨਾ ਥੋੜ੍ਹਾ ਜਿਹਾ ਆਪਾਂ ਅਲੱਗ ਟਾਈਪ ਨਾਲ ਬਣਾਵਾਂਗੇ। ਸਭ ਤੋਂ ਪਹਿਲੇ ਨਾ ਆਪਾਂ ਜਿਹੜਾ ਲਸਣ ਆ ਨਾ ਇਹਦਾ ਪੇਸਟ ਵਿੱਚ ਐਡ ਕਰਦੇ ਹਾਂ। ਅਤੇ ਜਦੋਂ ਇਹ ਥੋੜ੍ਹਾ ਬਰਾਊਨ ਬਰਾਊਨ ਹੋ ਗਿਆ ਫਿਰ ਪਿਆਜ਼ ਐਡ ਕਰਦੇ ਹਾਂ। ਹਾਂਜੀ ਗਾਇਸ, ਚਲੋ ਹੁਣ ਆਪਾਂ ਪਿਆਜ਼ ਐਡ ਕਰਦੇ ਹਾਂ ਵਿੱਚ। ਕਿਆ ਕਰਨਾ ਹੈ ਆਪਨੇ? ਮੇਰੇ ਫੇਸ ਤੇ ਲਗਾਉਣੀ। ਕਿਉਂ? ਮੇਰਾ ਫੇਸ ਬਲੈਕ ਹੋ ਗਿਆ।
ਲੈਸ ਨਹੀਂ ਗਾਇਸ ਜਦੋਂ ਤਾਂ ਮਿੱਟੀ ਟਿਕਾਉਂਦੇ ਹਾਂ ਤਾਂ ਸਕਿਨ ਜਿਹੜੀਆਂ ਥੋੜ੍ਹੀ ਜਿਹੀ ਨਰਮ ਨਰਮ ਹੋ ਜਾਂਦੀ ਆ, ਇੱਕ ਇੱਕ ਤੱਕ ਜੇਲ ਹੁੰਦੀ ਆ ਨਾ ਤਾਂ ਮਿੱਟੀ ਲਗਾਇਆ ਵਿੱਚ ਇੱਕ ਨਿੰਬੂ ਐਡ ਕਰਕੇ ਤੁਸੀਂ ਦੇਖੋ ਤਾਂ ਕਿੰਨਾ ਨਰਮ ਹੋ ਜਾਂਦੀ ਹੈ। ਹਾਂਜੀ ਗਾਇਸ ਚਲੋ ਹੁਣ ਆਪਾਂ ਨਾ ਗੋਸ਼ਟ ਨੂੰ ਲਗਾਉਂਦੇ ਹਾਂ ਨਮਕ ਅਤੇ ਉਹਦੇ ਫਿਰ ਇੱਧਰ ਆ ਕੇ ਪਿਆਜ਼ ਵੀ ਬਰਾਊਨ ਹੋ ਜਾਂਦੇ ਆ ਅਤੇ ਨਮਕ ਲਗਾ ਕੇ ਆਪਾਂ ਥੋੜ੍ਹੀ ਦੇਰ ਗੋਸ਼ਟ ਨੂੰ ਟਾਈਮ ਦਿੰਦੇ ਹਾਂ। ਹਿਲਾਓ ਇਸਕੋ ਅੱਛੀ ਤਰੀਕੇ ਸੇ। ਜੀ ਜੀ ਮੰਮਾ ਅੱਛੇ ਤਰੀਕੇ ਤੇ ਹਿਲਾਉਂਗੀ, ਟੈਨਸ਼ਨ ਨਾ ਲਓ। ਚਲੋ ਗਾਇਸ ਇਹਨੂੰ ਹੁਣ ਥੋੜ੍ਹੀ ਦੇਰ ਆਪਾਂ ਰੱਖ ਦਿੰਦੇ ਅਤੇ ਉਹਦੇ ਆਪਣੇ ਪਿਆਜ਼ ਬਰਾਊਨ ਹੋ ਰਹੇ ਅਤੇ ਜਦੋਂ ਪਿਆਜ਼ ਬਰਾਊਨ ਹੋ ਗਏ ਫਿਰ ਆਪਾਂ ਗੋਸ਼ਟ ਧੋ ਕੇ ਵਿੱਚ ਐਡ ਕਰਾਂਗੇ। ਇੱਧਰ ਗਾਇਸ ਮੇਰਾ ਕਜ਼ਨ ਤਲਹਾ ਬੈਠਾ ਵਾ, ਇੱਧਰ ਆ। ਦੇਖੋ ਤੂੰ ਬੜਾ ਪਰੇਸ਼ਾਨ ਆ। ਕਿਉਂ ਇਹ ਤੂੰ ਇਸ ਪਰੇਸ਼ਾਨ ਕਿਉਂ ਆ ਦੱਸ ਤੇ ਸਹੀ। ਨੌਕਰ ਨਹੀਂ ਚਲੇ ਗਿਆ? ਤੇਰੇ ਨੌਕਰ ਭੱਜ ਗਿਆ ਇੱਥੇ ਨਹੀਂ ਹੈ ਨਾ। ਹਾਏ ਹਾਏ ਕਿੱਡੀ ਦੁਖੀ ਗੱਲ। ਚੱਲ ਇੱਧਰ ਤੇ ਆ ਗੱਲ ਸੁਣ, ਸ਼ਰਮ ਆਉਂਦੀ ਆ। ਮੈਂ ਇੱਧਰ ਫੋਨ ਦਾ ਕੈਮਰਾ ਤੇ ਕਰੋ। ਗਾਇਸ ਕਿੱਥੇ ਬੈਠਾ ਵਾ ਦੇਖਦੇ ਆ।
ਸਬਸਕ੍ਰਾਈਬ ਕਰਨ ਲੱਗ ਪਾ ਰਹੇ ਹੋ ਮੇਰੇ ਪੈਸੇ ਪਹੁੰਚ ਸਕੇ ਮਿਲਾਂਗੇ ਅਗਲੀ ਵੀਡੀਓ 'ਚ ਅਲਾ ਹਾਫਿਜ਼।